ਤੁਸੀਂ ਕਹਿੰਦੇ ਹੋ ਹਥਿਆਰ ਲੈ ਕੰਨ ਤੇ ਕਹਿੰਦੇ ਖਾਲਿਸਤਾਨ ਬੋਲ ਖਾਲਿਸਤਾਨ ਬੋਲ ਉਹ ਟੋਟਲ ਭਿੰਡਰਾ ਵਾਲੇ ਬੈਰੂਪੀਆ ਬਣ ਰਿਹਾ ਉਹ ਪ੍ਰਸ਼ਾਸਨ ਨੂੰ ਚਾਹੀਦਾ ਆ ਪੰਜਾਬ ਨੂੰ ਚਾਹੀਦਾ ਉਹਨੂੰ ਨੱਥ ਪਾਵੇ ਮੋਦੀ ਸਰਕਾਰ ਨੂੰ ਚਾਹੀਦਾ ਨੱਥ ਪਾਵੇ ਤੂੰ ਕਰਨ ਕੀ ਆਇਆ ਤੇ ਪੰਜਾਬ 'ਚ ਡੁਬਈ 'ਚ ਟਰਾਲਾ ਚਲਾ ਡਰਾਈਵਰ ਸੀ ਡਰਾਈਵਰ ਕਰਦਾ ਪੰਜਾਬ 'ਚ ਕਰਨ ਕੀ ਆ ਤੈਨੂੰ ਤਿਆਰ ਕਰਾ ਕੇ ਪੰਜਾਬ 'ਚ ਭੇਜਿਆ ਭਿੰਡਰਾ ਵਾਲਾ ਬਣਾ ਕੇ ਡਿੱਟੋ ਕਾਪੀ ਡਿੱਟੋ ਸ਼ਕਲ ਜਿਹਨੂੰ ਭਾਰਤ ਸਰਕਾਰ ਨੇ ਅੱਤਵਾਦੀ ਕਹਿਤਾ ਪੰਜਾਬ ਸਰਕਾਰ ਨੇ ਅੱਤਵਾਦੀ ਕਹਿਤਾ ਮੈਂ ਉਹਦੇ ਬੋਰਡ ਨਹੀਂ ਲੱਗਣ ਦੇਣੇ ਭਿੰਡਰਾ ਵਾਲੇ ਦੇ ਮੈਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਸਰਦਾਰ ਸ਼ਹੀਦ ਆਜਮ ਬੇਅੰਤ ਸਿੰਘ ਦੇ ਬੋਰਡ ਲਵਾਊਂਗਾ ਜੇ ਇਹ ਬੋਰਡ ਪੜਨਗੇ ਮੈਂ ਅੰਮ੍ਰਿਤਪਾਲ ਦੇ ਬੋਰਡ ਪਾੜੂੰਗਾ ਜੇ ਬੋਰਡ ਸਾਡੇ ਪੜਨਗੇ ਪਾੜ ਕੇ ਦਿਖਾਇਓ ਭੱਜੇ ਹੋਣਾ ਮੇਰੀ ਗੱਲ ਸੁਣੋ ਇਹ ਅੰਮੀ ਤਰੋੜਾ ਇਹ ਭੱਜਣ ਵਾਲਿਆਂ ਚੋਂ ਨਹੀਂ ਹੈਗਾ ਸਮਝੇ ਇਹ ਭੱਜਣ ਵਾਲਿਆਂ ਚੋਂ ਨਹੀਂ ਹੈਗਾ ਗਲਤ ਕਾਰਾ ਕਰਦਾ ਸ਼੍ਰੀਮਤੀ ਇੰਦਰਾ ਗਾਂਧੀ ਸਾਡੇ ਦੇਸ਼ ਦੀ ਪ੍ਰਾਈਮ ਮਿਨਿਸਟਰ ਹੈ ਕਿਉਂ ਉਹਦੀ ਟੀ ਸ਼ਰਟ ਵੰਡਣੀ ਗਲਤ ਹੈ ਇਹ ਤੁਹਾਨੂੰ ਪਤਾ ਵੀ ਲੋਕ ਭੜਕਦੇ ਆ ਫਿਰ ਤੁਸੀਂ ਇਹ ਹਰਕਤਾਂ ਕਰਦੇ ਕਿਉਂ ਯਾਰ ਕੋਣ ਭੜਕਣਾ ਉਹ ਅੱਤਵਾਦੀ ਸੀਗਾ ਭਿੰਡਰਾ ਵਾਲਾ ਜਿਹਨੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਨੂੰ ਲੱਕ ਕਰਨ ਦੀ ਗੱਲ ਕੀਤੀ ਹੈ ਤੇ ਮੈਂ ਚੁੱਪ ਕਿਉਂ ਰਹੂੰਗਾ ਤੁਸੀਂ ਕਹਿੰਦੇ ਹੋ ਹਥਿਆਰ ਲੈ ਕੰਨ ਤੇ ਕਹਿੰਦੇ ਖਾਲਿਸਤਾਨ ਬੋਲ ਖਾਲਿਸਤਾਨ ਬੋਲ ਫਿਰ ਤੁਸੀਂ ਕਿਹੜੀ ਤਲਵਾਰ ਵੇਖ ਲਈ ਰੱਖੀ ਗੱਲ ਤੇ ਅੱਛਾ ਅੰਮ੍ਰਿਤਪਾਲ ਮੀਡੀਆ ਨੂੰ ਧਮਕੀ ਦੇ ਰਿਹਾ ਕੀ ਦੇ ਰਿਹਾ ਦੱਸੋ ਤੁਸੀਂ ਮੀਡੀਆ ਕਰਮੀ ਹੋ ਨਾ ਤੁਸੀਂ ਦੱਸੋ ਕੋਈ ਨਾ ਸਵਾਲ ਨਹੀਂ ਪੁੱਛਣਾ ਉਹ ਟੋਟਲ ਭਿੰਡਰਾ ਵਾਲੇ ਬੈਰੂਪੀਆ ਬਣ ਰਿਹਾ ਉਹ ਪ੍ਰਸ਼ਾਸਨ ਨੂੰ ਚਾਹੀਦਾ ਆ ਪੰਜਾਬ ਨੂੰ ਚਾਹੀਦਾ ਉਹਨੂੰ ਨੱਥ ਪਾਵੇ ਮੋਦੀ ਸਰਕਾਰ ਨੂੰ ਚਾਹੀਦਾ ਨੱਥ ਪਾਵੇ ਉਹ ਤਾਂ ਗੱਲ ਕਹਿੰਦੇ ਉਹ ਤਾਂ ਇਹ ਗੱਲ ਕਹਿੰਦੇ ਆ ਅੰਮ੍ਰਿਤਪਾਲ ਤੇ ਇਹ ਗੱਲ ਕਹਿੰਦੇ ਆ ਮੈਂ ਤਾਂ ਉਹਨਾਂ ਦੇ ਪੈਰਾਂ ਵਰਗਾ ਨਹੀਂ ਮਤਲਬ ਉਹਨੇ ਚਰਨਾਂ 'ਚ ਧੂੜ ਵੀ ਨਹੀਂ ਤੁਸੀਂ ਕਹਿੰਦੇ ਉਹਦੇ ਵਰਗਾ ਮੰਨਦਾ ਜਾ ਰਿਹਾ ਯਾਰ ਅਗਲਾ ਤਾਂ ਕਹਿੰਦਾ ਹੀ ਹੁੰਦਾ ਹੁੰਦਾ ਨਾ ਵੀ ਮੈਂ ਉਹਨਾਂ ਪੈਰਾਂ ਵਰਗਾ ਨੇ ਧੂੜ ਵਰਗਾ ਵੀ ਤੂੰ ਕਹਿੰਦੇ ਕਿ ਅੰਬ ਲੈਣ ਆਇਆ ਵਾ ਤੂੰ ਕਰਨ ਕੀ ਆਇਆ ਤੇ ਪੰਜਾਬ 'ਚ ਡੁਬਈ 'ਚ ਟਰਾਲਾ ਚਲਾ ਡਰਾਈਵਰ ਸੀ ਡਰਾਈਵਰ ਕਰਦਾ ਪੰਜਾਬ 'ਚ ਕਰਨ ਕੀ ਆ ਤੈਨੂੰ ਤਿਆਰ ਕਰਾ ਕੇ ਪੰਜਾਬ 'ਚ ਭੇਜਿਆ ਪਿੰਡਰਾ ਵਾਲਾ ਬਣਾ ਕੇ ਡਿੱਟੋ ਕਾਪੀ ਡਿੱਟੋ ਸ਼ਕਲ ਪਹਿਲੇ ਤਾਂ ਅੱਜ ਕਿਰਪਾਨ ਸੀ ਜਿਸ ਦਿਨ ਉਹਦਾ ਬਿਠਾਇਆ ਗਿਆ ਉਹਦੇ ਪਿੰਡਰਾ ਵਾਲੇ ਪਿੰਡ ਉਹਦੇ ਨਾਲ ਤੀਰ ਪਕੜ ਲਿਆ ਉਹਨੇ ਹੌਲੀ ਹੌਲੀ ਸਾਲਟ ਵੀ ਪਕੜ ਲੂਗਾ ਹੌਲੀ ਪਿਸਟਲ ਵਾਲਾ ਪਟਾ ਪਾ ਕੇ ਘੁੰਮੂਗਾ ਪੰਜਾਬ ਦੇ ਅੰਦਰ ਅਤੇ ਕਿਆ ਗੱਲਾਂ ਕਰਦੇ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਦੇ ਮੋਲ ਖਰਾਬ ਹੋਣ ਦੀ ਬਾਕੀ ਮੈਂ ਥੋੜ੍ਹਾ ਜਿਹਾ ਬਦਿਆ ਦੱਸੋ ਮੈਂ ਥੋੜ੍ਹਾ ਜਿਹਾ ਬੜਾ ਅੱਛਾ ਤੁਸੀਂ ਗੱਲਾਂ ਫਿਰ ਕਰਦੇ ਹੁੰਦੇ ਮਾਹੌਲ ਖਰਾਬ ਹੁੰਦਾ ਹੁਣ ਤੁਹਾਡੀ ਇੱਕ ਵੀਡੀਓ ਵਾਇਰਲ ਹੁੰਦੀ ਪਈ ਸੀ ਉਹਦੇ ਵਿੱਚ ਤੁਸੀਂ ਇਹ ਗੱਲਾਂ ਕਰਦੇ ਨਜ਼ਰ ਆਏ ਸੀ ਵੀ ਮੈਂ ਐਂ ਕਰਕੇ ਪੋਸਟਰ ਲਾਊਂਗਾ ਪੋਸਟਰ ਮੈਂ ਜੇ ਉਹ ਪੋਸਟਰ ਲਾਉਣਗੇ ਮੈਨੂੰ ਤੇ ਪੋਸਟਰ ਪਾੜੂੰਗਾ ਮੈਂ ਇੰਦਰਾ ਗਾਂਧੀ ਦੇ ਟੀ ਸ਼ਰਟਾਂ ਵੰਡੂੰਗਾ ਫਿਰ ਉਦੋਂ ਨਹੀਂ ਮਾਹੌਲ ਖਰਾਬ ਹੁੰਦਾ ਪੱਤਰਕਾਰ ਸਾਹਿਬ ਇੱਕ ਚੀਜ਼ ਦੱਸੋ ਜਾਂ ਤੁਸੀਂ ਪਿੰਡਰਾਂ ਵਾਲੇ ਦੇ ਬੋਰਡ ਲਾ ਕੇ ਖੁਸ਼ ਹੁੰਦੇ ਹੋ ਲੱਗਣ ਪੰਜਾਬ 'ਚ ਪਿੰਡਰਾਂ ਵਾਲੇ ਦੇ ਬੋਰਡ ਲੱਗਣ ਤੁਹਾਨੂੰ ਖੁਸ਼ੀ ਹੈ ਕਿ ਨਹੀਂ ਹੈ ਦੱਸੋ ਕਈ ਲੋਕ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਆ ਲੋਕ ਉਹਨਾਂ ਨੂੰ ਸੰਤ ਕਹਿੰਦੇ ਆ ਫਿਰ ਤੁਹਾਨੂੰ ਜਿਹੜਾ ਇਹ ਤਾਂ ਭਾਰਤ ਸਰਕਾਰ ਨੇ ਅੱਤਵਾਦੀ ਕਹਿਤਾ ਇਹ ਤਾਂ ਲੋਕਾਂ ਨੇ ਮੰਨਣ ਦੀ ਗੱਲ ਆ ਨਾ ਤੇ ਸਰਕਾਰ ਨੂੰ ਤਾਂ ਫਿਰ ਹਜੇ ਤਾਂ ਸੁਣੋ ਫਿਰ ਮੇਰਾ ਜਵਾਬ ਲਓ ਨਾ ਪੂਰਾ ਫਿਰ ਜਿਹਨੂੰ ਭਾਰਤ ਸਰਕਾਰ ਨੇ ਅੱਤਵਾਦੀ ਕਹਿਤਾ ਪੰਜਾਬ ਸਰਕਾਰ ਨੇ ਅੱਤਵਾਦੀ ਕਹਿਤਾ ਮੈਂ ਉਹਦੇ ਬੋਰਡ ਨਹੀਂ ਲੱਗਣ ਦੇਣੇ ਪਿੰਡਰਾਂ ਵਾਲੇ ਦੇ ਫਾੜੂੰਗਾ ਬੋਰਡ ਮੈਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਸਰਦਾਰ ਸ਼ਹੀਦ ਆਜਮ ਬੇਅੰਤ ਸਿੰਘ ਦੇ ਬੋਰਡ ਲਵਾਊਂਗਾ ਜੇ ਇਹ ਬੋਰਡ ਪੜਨਗੇ ਮੈਂ ਅੰਮ੍ਰਿਤਪਾਲ ਦੇ ਬੋਰਡ ਪਾੜੂੰਗਾ ਜੇ ਇਹ ਬੋਰਡ ਸਾਡੇ ਪੜਨਗੇ ਪਾੜ ਕੇ ਦਿਖਾਇਓ ਭੱਜੇ ਹੋਣਾ ਬਿਲਕੁਲ ਜੀ ਭੱਜਣਾ ਨਹੀਂ ਵੀਰ ਭੱਜਣਾ ਨਹੀਂ ਤੁਸੀਂ ਭੱਜ ਜਾਂਦੇ ਹੋ ਮੌਕੇ ਤੇ ਭੱਜਣਾ ਨਹੀਂ ਵੀਰ ਮੇਰੀ ਪਹਿਲਾਂ ਗੱਲ ਤਾਂ ਸੁਣ ਲਓ ਪੱਤਰਕਾਰ ਸਾਹਿਬ ਭੱਜਣ ਸ਼ੇਰ ਕਦੀ ਭੱਜਦੇ ਨਹੀਂ ਤੁਹਾਨੂੰ ਮੈਂ ਕੀ ਕਹਿ ਰਿਹਾ ਮੈਂ ਤਾਂ ਸ਼ੇਰ ਬੜੀ ਵਾਰੀ ਭੱਜਦਾ ਦੇਖਿਆ ਤੁਸੀਂ ਕਿਤੇ ਮੈਨੂੰ ਭੱਜਦਾ ਦੇਖ ਲਿਆ ਅੱਛਾ ਉਹ ਤੁਸੀਂ ਪਹਿਲਾਂ ਇੱਕ ਤਰੀਕ ਦਿੱਤੀ ਸੀ ਵੀ ਅਸੀਂ ਇੰਦਰਾ ਗਾਂਧੀ ਦੀਆਂ ਟੀ ਸ਼ਰਟਾਂ ਵੰਡਾਂਗੇ ਕਦੋਂ ਵੰਡੀਆਂ ਸੀ ਆਏ ਹੀ ਨਹੀਂ ਕੋਈ ਉੱਥੇ ਆਏ ਹੀ ਨਹੀਂ ਕੋਈ ਤੁਹਾਡੇ ਨਾਲ ਗੁਰਸਿਮਰ ਮੰਡ ਹੁੰਦੇ ਨਾ ਤੁਹਾਡੇ ਨਾਲ ਹੁੰਦੇ ਆ ਨਾ ਕੋਈ ਆਏ ਹੀ ਨਹੀਂ ਮੇਰੀ ਗੱਲ ਸੁਣੋ ਇਹ ਅੰਮੀ ਤਰੋੜਾ ਇਹ ਭੱਜਣ ਵਾਲਿਆਂ ਚੋਂ ਨਹੀਂ ਹੈਗਾ ਸਮਝ ਗਏ ਇਹ ਭੱਜਣ ਵਾਲਿਆਂ ਚੋਂ ਨਹੀਂ ਹੈਗਾ ਫਿਰ ਉਦੋਂ ਆਏ ਕਿਉਂ ਨਹੀਂ ਸੀ ਉਹ ਬਾਬਾ ਜੀ ਫਿਰ ਤੁਸੀਂ ਦੇਖਿਓ ਤੁਸੀਂ ਜਾਂ ਤੁਸੀਂ ਨਹੀਂ ਉੱਥੇ ਹੋਣੇ ਮੈਂ ਤਾਂ ਉੱਥੇ ਸੀ ਫਿਰ ਟੀ ਸ਼ਰਟਾਂ ਵੀ ਸੀ ਤੁਸੀਂ ਤਾਂ ਆਪਦੇ 4-5 ਬੰਦੇ ਨੂੰ ਵੰਡ ਕੇ ਉੱਠ ਗਏ ਘਰ ਮੇਰੀ ਵੀਡੀਓ ਵਾਇਰਲ ਵੀ ਦੇਖ ਲੈਂਦੇ ਟੀ ਸ਼ਰਟਾਂ ਪਵਾਈਆਂ ਵੀ ਸੀ ਵੰਡੀਆਂ ਵੀ ਸੀ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਆਪਦੇ ਬੰਦੇ ਨੂੰ ਵੰਡ ਕੇ ਤੁਸੀਂ ਘਰ ਚਲੇ ਗਏ ਫਿਰ ਉਦੋਂ ਬਾਅਦ ਚ ਫਿਰ ਆ ਤੁਹਾਨੂੰ ਪਤਾ ਸੀ ਵੀ ਅਸੀਂ ਗਲਤ ਕਰ ਰਹੇ ਹਾਂ ਗਲਤ ਕਾਰਾ ਕਰਦਾ ਸ਼੍ਰੀਮਤੀ ਇੰਦਰਾ ਗਾਂਧੀ ਸਾਡੇ ਦੇਸ਼ ਦੀ ਪ੍ਰਾਈਮ ਮਿਨਿਸਟਰ ਹੈ ਕਿਉਂ ਉਹਦੀ ਟੀ ਸ਼ਰਟ ਵੰਡਣੀ ਗਲਤ ਹੈ ਤੁਸੀਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਗਲਤ ਬੋਲੋਗੇ ਦੱਸੋ ਅਸੀਂ ਕਦੋਂ ਕਹਿਣਾ ਗਲਤ ਹੈ ਇਹ ਤੁਹਾਨੂੰ ਪਤਾ ਵੀ ਲੋਕ ਭੜਕਦੇ ਆ ਫਿਰ ਤੁਸੀਂ ਆਹ ਹਰਕਤਾਂ ਕਰਦੇ ਕਿਉਂ ਯਾਰ ਕੋਣ ਭੜਕਣਾ ਇੰਦਰਾ ਗਾਂਧੀ ਸਾਡਾ ਆਈਡਲ ਹੈ ਮੈਂ ਕਿਉਂ ਭੜਕੂੰਗਾ ਲੋਕ ਉਹਨਾਂ ਨੂੰ ਆਪਦਾ ਆਈਡਲ ਮੰਨਦੇ ਫਿਰ ਤੁਸੀਂ ਤੁਹਾਨੂੰ ਕੀ ਇਤਰਾਜ਼ ਹੈ ਉਹ ਅੱਤਵਾਦੀ ਜਿਹਨੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਇੰਦਰਾ ਗਾਂਧੀ ਨੇ ਜੋ ਇੰਦਰਾ ਗਾਂਧੀ ਸੀਗੇ ਅਸੀਂ ਉਹਨਾਂ ਨੂੰ ਆਪਦਾ ਆਈਡਲ ਮੰਨਦੇ ਆ ਤੇ ਲੋਕ ਉਹਨਾਂ ਨੂੰ ਆਪਦਾ ਆਈਡਲ ਮੰਨਦੇ ਫਿਰ ਤੁਹਾਨੂੰ ਕੀ ਇਤਰਾਜ਼ ਹੈ ਮੰਨੀ ਜਾਣ ਦੋ ਮੈਂ ਹੀ ਕਹਿ ਰਿਹਾ ਉਹ ਅੱਤਵਾਦੀ ਸੀਗਾ ਭਿੰਡਰਾ ਵਾਲਾ ਜਿਹਨੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਨੂੰ ਲੱਕ ਕਰਨ ਦੀ ਗੱਲ ਕੀਤੀ ਹੈ ਤੇ ਮੈਂ ਚੁੱਪ ਕਿਉਂ ਰਹੂੰਗਾ ਮੈਂ ਚੁੱਪ ਨਹੀਂ ਰਹਿਣਾ ਮੈਂ ਭੜਕੂੰਗਾ ਜਿਹੜਾ ਮੇਰੇ ਪੰਜਾਬ ਨੂੰ ਤੋੜੇਗਾ
मैं अपने पंजाब नूं टुटन नहीं दूंगा, चाहे मेरी जान भी चली जाए, मैनू कोई परवाह नहीं हैगी। ये लोग चढ़ लोग ने जो अमृतपाल वर्गा माहौल खराब करने लिए आ गया वै। पहली गल है मंशा पूरी नहीं होनी। जो तुम कहने वोट पाड़ोंगे या कुछ करांगा, बिल्कुल जिस दिन मैं वोट पाड़ूंगा अपने सोशल मीडिया अमित अरोड़ा के अकाउंट चो लाइव भी होऊंगा, फिर तुम खबर भी देख लेना कि अमित अरोड़ा ने वोट पाड़ता।